ਕਿੱਦਾਂ ਸਾਰੇ? ਉਮੀਦ ਕਰਦਾ ਵਧੀਆ ਹੋਵੋਗੇ, ਹੋਰ ਘਰ ਪਰਿਵਾਰ ਸੈੱਟ ਆ ਸਾਰੇ ਜਾਨਵਰ ਜੂਨਵਰ? ਅਤੇ ਅੱਜ ਦਾ ਆਪਣਾ ਟੋਪਿਕ ਹੈਗਾ ਵਾ, ਦੋ ਕਬੂਤਰ ਆਪਾਂ ਛੱਡਣੇ ਆ, ਇੱਕ ਪੱਲੇ ਵਾਲਾ ਅਤੇ ਇੱਕ ਲਾਲ ਡੱਬਾ ਵੱਡਾ ਜਿਹੜਾ ਹੱਥ ਨੇ ਬੈਠਾ ਹੀ, ਇਹ ਦੋ ਛੱਡਣੇ ਆ। ਅਤੇ ਇੱਕ ਆਪਾਂ ਅੱਜ ਦਾ ਟੋਪਿਕ ਆਪਣਾ, ਇੱਕ ਆਪਾਂ ਰੰਗ ਲਾਉਣਾ ਕਬੂਤਰਾਂ ਨੂੰ। ਅਤੇ ਪਹਿਲਾਂ ਟਾਈਮ ਹੋ ਗਿਆ ਵਾ ਜੀ, 8 ਵੱਜ ਗਏ ਪੂਰੇ। ਅਤੇ ਇਹਨਾਂ ਦੋਨਾਂ ਨੂੰ ਛੱਡ ਦਿੰਦੇ ਹਾਂ, ਅਤੇ ਮਾਫ ਕਰਿਓ ਕੱਲ੍ਹ ਵਲੋਗ ਨਹੀਂ ਆ ਸਕਿਆ। ਅਤੇ ਇਹਨਾਂ ਦੋਨਾਂ ਨੂੰ ਛੱਡਦੇ ਹਾਂ ਆਪਾਂ, ਇੱਕ ਪੱਲੇ ਵਾਲਾ ਠੀਕ ਆ, ਅਤੇ ਇੱਕ ਲਾਲ ਡੱਬਾ ਆ ਜਾਂਦਾ, ਲਾਲ ਡੱਬਾ ਵੀ ਛੱਡਤਾ ਆ ਜਾਂਦਾ, ਲਾਲ ਡੱਬਾ ਵੱਡਾ। ਅਤੇ ਪੱਲੇ ਵਾਲਾ ਦਿਖਾਉਂਦੇ ਤੁਹਾਨੂੰ, ਆਹ ਪਤਾ ਨਹੀਂ ਕਿਹਦਾ ਜਾਂਦਾ, ਇੰਨਾ ਰੰਗ ਲੱਗਿਆ ਲਾਲ। ਅਤੇ ਪੱਲੇ ਵਾਲਾ ਫਿਰਦਾ ਉੱਚਾ ਚੜਿਆ, ਲਾਲ ਡੱਬਾ ਆ ਫਿਰਦਾ। ਅਤੇ ਆਪਾਂ ਚੱਲਦੇ ਹਾਂ ਸ਼ਹਿਰ, ਅਤੇ ਸ਼ਹਿਰੋਂ ਲੈ ਕੇ ਆਉਂਦੇ ਹਾਂ ਰੰਗ, ਫੇਰ ਲਾਉਂਦੇ ਹਾਂ ਕਬੂਤਰਾਂ ਨੂੰ ਰੰਗ। ਅਤੇ ਜਾਲ 'ਚ ਅਤੇ ਉਹ ਦੌੜਦੇ ਫਿਰਦੇ ਆ, ਇੱਧਰੋਂ ਵੀ ਕੱਢਤੇ ਅਤੇ ਸੱਚ ਲਾਲ ਸਿਰ ਆਪਾਂ ਇੱਧਰੋਂ ਉੱਧਰ ਛੱਡਤਾ, ਕਿਉਂਕਿ ਉਹਦੀ ਜਿਹੜੀ ਸਾਖੀ ਸੀ ਨਾ ਉਹਦੇ ਨਾਲ ਲੱਗਦੀ, ਕਿਉਂਕਿ ਉਹ ਇਹਨਾਂ ਮੁੰਡੇ ਨੂੰ ਦੇ ਆਉਂਦੀ ਆਪਾਂ ਕੱਲ੍ਹ। ਉਹ ਕਿੰਨੇ ਟਾਈਮ ਦਾ ਮੰਗਦੇ, ਕਹਿੰਦਾ ਮੇਰੇ ਕੋਲ ਡੌਨ ਨੂੰ ਕਬੂਤਰ ਦੇ ਦੇ, ਡੌਨ ਨੂੰ ਕਬੂਤਰ, ਅਤੇ ਉਹਨੂੰ ਦੇ ਦੀ ਫਿਰ ਆਪਾਂ, ਮਾਣੂ ਕੇ ਦੇ ਦਿੱਤੀ ਮੁੰਡੇ ਨੂੰ। ਅਤੇ ਹੁਣ ਆਪਾਂ ਉੱਡਦੇ ਕਬੂਤਰਾਂ 'ਤੇ ਨਿਗਾਹ ਰੱਖਣੀ ਆ ਕਿ ਕਿਵੇਂ ਫਿਰਦੇ ਆ, ਖਾਸ ਕਰਕੇ ਲਾਲ ਡੱਬੇ 'ਤੇ ਵੀ, ਅਤੇ ਦੋਨਾਂ 'ਤੇ ਰੱਖਣੀ ਪੱਲੇ ਵਾਲੇ 'ਤੇ ਵੀ। ਛਤਰੀ ਅੰਦਰ ਲਾ ਤੀ, ਬੱਚੇ ਬਹਿ ਗਏ ਛਤਰੀ 'ਤੇ। ਆ ਬੱਚਾ, ਇੱਕ ਬੱਚਾ ਕਿੱਧਰ ਗਿਆ? ਆ ਬੱਚਾ ਪੱਕੇ ਕਰ ਲੈਣੇ ਆ ਆਪਾਂ, ਗਵਾਉਣੇ ਨਹੀਂ ਹੁਣ ਇਹਨਾਂ 'ਚ, ਕੋਈ ਨਹੀਂ ਗਵਾਉਣਾ। ਆਹ ਬੱਚਾ ਦਿੱਤਾ ਬਾਹਲੀ ਫੁੱਲ ਗਰੰਟੀ ਆ, 15-20 ਬੱਚੇ ਉਹਨਾਂ ਇਹੋ ਜਿਹੇ ਫੁੱਲ ਸੀ ਜਾਂਦੀਆਂ ਬਾਜੀਆਂ ਕੁੱਟ ਕੇ। ਚਲੋ ਲਿਆਉਂਦੇ ਹਾਂ ਰੰਗ ਸ਼ਹਿਰ ਜਾ ਕੇ। ਆ ਫਿਰਦਾ ਜੀ ਪੱਲੇ ਵਾਲਾ, ਅਤੇ ਲਾਲ ਡੱਬਾ ਵੀ ਦਿਖਾਉਂਦੇ ਹਾਂ ਤੁਹਾਨੂੰ, ਆ ਗਿਆ। ਅੱਠ ਵਜੇ ਛੱਡੇ ਸੀ ਅਤੇ 9:30 ਹੋ ਗਏ। ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਕਬੂਤਰ ਕਿਵੇਂ, ਦੋ ਮਿੰਟ ਉੱਠ ਖੜਿਆ, ਫਿਰ ਬਣੂ। ਆ ਨਹੀਂ ਕਬੂਤਰ ਬੈਠਾ ਜਿਹੜਾ ਮਗਰ ਬੈਠਾ, ਇਹਦੇ ਜਮਾਂ ਧੋਣ ਵਿੱਚ ਕਰ ਲੈਂਦਾ, ਜਮਾਂ ਨੱਕ ਨਹੀਂ ਫੜਾਉਂਦਾ, ਜਾਣੀ ਕਿ ਉਵੇਂ ਜਿਹੇ ਕਰ ਲੈਂਦਾ। ਮੜੱਪਾਂ ਦੀ ਗੋਲੀ ਆਪਣੀ ਇਹਨਾਂ ਨੂੰ ਲਾਈ ਹੋਈ ਆ, ਅਤੇ ਜਦੋਂ ਇਹਨਾਂ ਦੇ ਫੰਗ ਜੇ ਆਉਣ ਲੱਗ ਗਏ, ਜਾਣੀ ਕਿ ਅੰਦਰ ਲੈਣੇ ਆ ਗਏ, ਫਿਰ ਆਪਾਂ ਉਦੋਂ ਇੱਕ ਹੋਰ ਲਾ ਦਾਂਗੇ ਇਹਨਾਂ ਨੂੰ ਗੋਲੀ ਮੜੱਪ ਦੀ। ਕਰਦਾ ਜੀ ਲਾਲ ਪੱਲੇ ਵਾਲਾ ਨੀਵੇਂ ਗੇੜਿਆਂ 'ਤੇ ਆਇਆ, ਅਤੇ ਲਾਲ ਡੱਬਾ ਵੀ ਆਇਆ ਹੋਇਆ ਵਾ ਥੱਲੇ ਹੀ ਆ, ਹੁਣ ਤਾਂ ਪਹਿਲਾਂ ਬਾਹਲਾ ਉੱਚਾ ਸੀ, ਦਿਖਾਉਂਦੇ ਤੁਹਾਨੂੰ। ਆ ਫਿਰ ਤਾਂ ਜੀ ਲਾਲ ਡੱਬਾ, ਹਾਂਜੀ ਜਾਨਵਰ ਗਏ ਆਪਣੇ ਆ ਬਹਿੰਦਿਆਂ ਦੀ, ਵੀਡੀਓ ਨਹੀਂ ਬਣ ਸਕੀ, ਕੋਈ ਨਾ ਚੱਲ ਆ ਜਾ 2:30 ਵਜੇ ਲਾਲ ਪੱਲੇ ਵਾਲਾ, ਅਤੇ ਆ ਲਾਲ ਡੱਬਾ 3 ਵਜੇ ਪੂਰੇ। ਅਤੇ ਅੱਖ ਲਾਲ ਹੋਈ ਪਈ ਇੱਧਰੋਂ, ਚਿੱਟੀ, ਇਹਨਾਂ ਨੂੰ ਪਾਣੀ ਧਰ ਦਈਏ, ਪਾਣੀ ਮੈਂ ਲਿਆਂਦਾ ਹੁਣ ਇਹਨਾਂ ਨੂੰ ਧਰ ਦਈਏ ਪਾਣੀ। ਪਾਣੀ ਇਹ ਜਾਨਵਰ ਅੱਗੇ ਵੀ ਸਿਆਣੇ ਬਹੁਤ ਆ, ਪਾਣੀ ਇਹਨਾਂ ਨੇ ਹੌਲੀ ਹੌਲੀ ਆਪ ਹੀ ਪੀਣਾ, ਉਹ ਤਾਂ ਪੀਂਦਾ ਹੀ ਨਹੀਂ ਪਾਣੀ। ਮੈਂ 10 ਮਿੰਟ ਇੱਥੇ ਰਹਿ ਲੈਣਗੇ, ਫਿਰ ਗੋਡੇ ਛੱਡ ਦਿੰਦੇ ਇਹਨਾਂ ਨੂੰ। 2 ਦਾਣੇ ਪਾਈਏ ਕਬੂਤਰਾਂ ਨੂੰ, ਫਿਰ ਨਹਾਉਂਦੇ ਹਾਂ। ਨਹੀਂ ਤਾਂ ਧਰ ਅਤੇ ਦਾਣੇ ਦਿੰਦੇ ਹਾਂ ਇੱਥੇ, ਪਾ ਗੁੱਡਾ ਵੀ ਖੋਲ ਦਿੰਦੇ ਹਾਂ, ਬੱਚਾ ਛਤਰੀ 'ਤੇ ਹੀ ਰਹਿੰਦਾ। ਸਾਖੀ ਆਪਾਂ ਕੱਲ੍ਹ ਦਿਆਂਦੀ ਮੁੰਡੇ ਨੂੰ, ਉਹ ਕਹਿੰਦੇ ਮੇਰੇ ਨੂੰ ਕਬੂਤਰੀ ਦੇ, ਬੱਚੇ ਕਢਾਉਣ ਨੂੰ ਕਬੂਤਰ ਬੈਠਾ,
ਤਾਂ ਕਰਕੇ ਮੈਂ ਕਿਹਾ ਚੱਲ ਇਹਨੇ ਗਜਾਲੀ ਨਾਲੇ ਡਾਲੀ ਉੱਡ ਖੜੀ ਛੱਡ ਲਈ ਇਹਨੂੰ, ਜਿੰਨਾ ਹੋਈ ਬੱਚਿਆਂ 'ਚ ਪਾ ਲਈ ਉਹ ਦੇ ਆਉਂਦੀ ਆਪਾਂ ਚੈੱਕ ਕਰੋ। ਬਾਕੀ ਕਬੂਤਰ ਆਪਣੇ ਲਾਲ ਡੱਬਾ ਇੱਕ ਹੀ ਆ ਬਾਹਰ, ਵੱਡਾ ਦੂਜਾ ਕਿੱਥੇ ਆ? ਇੱਧਰ ਤਾੜਿਆ ਹੋਇਆ। ਹੌਲੀ ਹੌਲੀ ਬਸ ਇਹਨਾਂ ਦੇ ਫਾਰਮ ਲੱਗ ਗਏ, ਇਹ ਵੀ ਉਡਾਉਣ ਲੱਗ ਜਾਣੇ ਆ, ਤਾਂ ਦੋਨੇ ਕਰ ਦੇਣੇ ਅੱਜ ਬੰਦ, ਅੱਜ ਤੋਂ ਬੰਦ ਇਹ ਦੋਵਾਂ ਤਿੰਨਾਂ ਦਿਨਾਂ ਨੂੰ ਜੇ ਇਰਾਦਾ ਬਣਿਆ ਇਹਨਾਂ ਦੇ ਫੰਗ ਖਿੱਚ ਦਾਂਗੇ, ਨਹੀਂ ਐਂ ਰਹਿਣ ਦਾਂਗੇ। ਇਹਨਾਂ ਨੇ ਖਾਲੇ ਦਾਣੇ ਕਬੂਤਰ ਤਾੜਦੇ ਆ ਵੱਡੇ ਉੱਧਰ, ਅਤੇ ਇਹਨਾਂ ਨੂੰ ਖੋਲਦੇ ਹਾਂ, ਲਾਹਤੇ ਜਾਲ 'ਚੋਂ ਕਬੂਤਰ ਅਤੇ ਉਹ ਦੋ ਉੱਚ ਤਾੜਤੇ, ਅਤੇ ਇੱਧਰ ਇਹਨਾਂ ਨੂੰ ਦਾਣੇ ਪਾ ਦਈਏ।